ਪਰਿਵਾਰ ਦੀ ਸੁੱਖ ਸ਼ਾਂਤੀ ਲਈ ਪੂਜਾ ਕਰਨੀ ਪਈ ਮਹਿੰਗੀ। ਵਾਪਰ ਗਿਆ ਭਾਣਾ, ਪੂਜਾ ਕਰਨ ਵਾਲੀ ਥਾਂ ਤੇ ਪਿਆ ਚੀਕ ਚਿਹਾੜਾ। ਅਕਸਰ ਹੀ ਹਰ ਇੱਕ ਧਰਮ ਵਿੱਚ ਪਰਮਾਤਮਾ ਨੂੰ ਮੰਨਣ ਦੇ ਵੱਖ ਵੱਖ ਤਰੀਕੇ ਹੁੰਦੇ ਨੇ, ਪਰ ਹੁਣ ਇੱਕ ਵੱਖਰੀ ਹੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ। ਦਰਅਸਲ ਇੱਕ ਪਰਿਵਾਰ ਆਪਣੇ ਸਾਰੇ ਰਿਸ਼ਤੇਦਾਰਾਂ ਨਾਲ ਜੰਗਲ ਵਿੱਚ ਪਰਿਵਾਰ ਦੀ ਸੁੱਖ ਸ਼ਾਂਤੀ ਲਈ ਪੂਜਾ ਕਰ ਰਿਹਾ ਸੀ, ਪਰ ਜਿਵੇਂ ਹੀ ਪੂਜਾ ਸ਼ੁਰੂ ਹੁੰਦੀ ਹੈ ਤਾਂ ਅਚਾਨਕ ਇੱਕੋ ਦਮ ਦਰਖਤ ਟੁੱਟ ਕੇ ਹੱਥ ਜੋੜੀ ਬੈਠੇ ਪਰਿਵਾਰਕ ਮੈਂਬਰਾਂ ਦੇ ਉੱਪਰ ਡਿੱਗ ਜਾਂਦਾ ਹੈ, ਜਿਸ ਤੋਂ ਬਾਅਦ ਇੱਕੋ ਦਮ ਚੀਕ ਚਿਹਾੜਾ ਪੈ ਜਾਂਦਾ ਹੈ ਅਤੇ ਦਰਖਤ ਡਿੱਗਣ ਕਾਰਨ ਇੱਕ ਬੱਚੇ ਅਤੇ ਇੱਕ ਔਰਤ ਦੀ ਮੌਤ ਹੋ ਜਾਂਦੀ ਹੈ ਅਤੇ ਦੋ ਪਰਿਵਾਰਕ ਮੈਂਬਰ ਜ਼ਖਮੀ ਹੋ ਜਾਂਦੇ ਨੇ। ਸੋ ਇਸ ਪਰਿਵਾਰ ਨੇ ਪੂਜਾ ਤਾਂ ਘਰ ਅਤੇ ਪਰਿਵਾਰਕ ਮੈਂਬਰਾਂ ਦੀ ਸੁੱਖ ਸ਼ਾਂਤੀ ਲਈ ਕੀਤੀ ਸੀ, ਪਰ ਸੁੱਖ ਸ਼ਾਂਤੀ ਦੀ ਥਾਂ ਘਰ ਵਿੱਚ ਰੋਣ ਕਰਲਾਉਣ ਅਤੇ ਬੈਨ ਪੈਣ ਲੱਗ ਗਏ। ਸੋ ਸ਼ਾਇਦ ਇਸੇ ਲਈ ਕਿਹਾ ਜਾਂਦਾ ਹੈ ਕਿ ਮੌਤ ਆਪਣਾ ਸਮਾਂ ਤੇ ਥਾਂ ਆਪ ਤੈਅ ਕਰਦੀ ਹੈ ਅਤੇ ਬੰਦਾ ਕਿਸੇ ਨਾ ਕਿਸੇ ਬਹਾਨੇ ਨਾਲ ਉੱਥੇ ਪਹੁੰਚ ਹੀ ਜਾਂਦਾ ਹੈ। ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ। ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।